ਇਹ ਆਕਾਸ਼ਵਾਣੀ ਜੰਮੂ ਹੈ ਇਸ ਪਹਿਲੇ ਦੀਆਂ ਖਬਰਾਂ ਕਰਨੇ ਮੈਂ ਪੂਨਮ ਡੋਗਰਾ ਵਿਦੇਸ਼ ਮੰਤਰਾਲੇ ਨੇ ਆਖਿਆ ਹੈ ਕਿ ਭਾਰਤ ਇਹ ਉਮੀਦ ਕਰਦਾ ਹੈ ਕਿ ਚੀਨ ਆਪਸੀ ਸਹਿਮਤੀ ਕਰਨ ਸੀਮਾ ਉੱਪਰ ਗਤੀਰੋਧ ਖਤਮ ਕਰਨ ਲਈ ਬਾਕੀ ਬਚੇ ਦੇ ਇਲਾਕੇ ਸ਼ਾਬੀ ਸੈਨਾ ਦੀ ਹਟਾਣੇ ਦਾ ਕੰਮ ਤੋਲੇਗੇ ਮੁਕੰਮਲ ਕਰੀ ਦੇਗ ਮੰਤਰਾਲੇ ਦੇ ਪ੍ਰਵਕਤਾ ਅਨੁਰਾਗ ਸ਼੍ਰੀਵਾਦ ਸਵਰੇ ਆਖਿਆ ਜੇ ਇਹਦੇ ਕਨੇ ਦਮੇ ਮਲਖਪੂਰ ਵੀ ਲਦਾਖ ਖੇਤਰ ਸਾ ਆਪਣੀ ਸੈਨਾਾਂ ਦੀ ਅਟਾਣੇ ਦਾ ਫੈਸਲਾ ਲੈ ਸਕਣ ਇਹਦੇ ਕਨੇ ਸ਼ਾਂਤੀ ਦਾ ਮੋਲ ਬਣਨ ਤਦ ਦਮੇ ਮੁਲਕੇ ਦੇ ਸਰਬੰਦ ਹੋਰ ਬਿਹਤਰ ਹੋਊਗਾ ਨਾ ਫ੍ਰੀडम ਹਾਊਸ ਦੀ ਇੱਕ ਰਿਪੋਰਟ ਜਿਹਦੇ ਚ ਭਾਰਤ ਦੇ ਦਰਜੇ ਕੀ ਆਜ਼ਾਦ ਮੁਲਕਸ਼ਾ ਐਡ ਕਰਦੇ ਹੋਏ ਇੱਕਟ ਆਜ਼ਾਦੀ ਵਾਲੇ ਮੁਲਕ ਚ ਦੱਸਨੇ ਬਾਰੇ ਪੁੱਛੇ ਗਏ ਦੇ ਇੱਕ ਸਵਾਲਾ ਦੇ ਪਰਤੇ ਚ ਉਹਨੇ ਆਖਿਆ ਜੇ ਉਹਦੀ ਇਹ ਰਿਪੋਰਟ ਗਲਤ ਹੈ ਤੇ ਅਸਲੀਅਤ ਥਾਂ ਭਰੇ ਆ ਉਨੇ ਆਖਿਆ ਜੇ ਭਾਰਤ ਚ ਲੋਕਵਾਦ ਦੇ ਕਈ ਨਿਕਰ ادارے ਮੌਜੂਦ ਨਾ ਤੇ ਆਜ਼ਾਦੀ ਕੰਨੇ ਕੰਮ ਕਰਾ ਕਰਦੇ ਨਾ ਸ਼ਿਵਾ ਸੁਭਰੇ ਗਲਾਇਆ ਜੇ ਭਾਰਤ ਕੀ ਲੋਕਵਾਦ ਬਾਰੇ ਕੁਸਾ ਦੇ ਪ੍ਰਵਚਨ ਦੀ ਕੋਈ ਲੋੜ ਨਹੀਂ ਹੈ ਤੇ ਟਕੋਦਾ ਕਰੀਏ ਜਿੱਥੇ ਬੁਨਿਆਦੀ ਅਕ ਵੀ ਆਸਲ ਨਹੀਂ ਹੈ ਨਾ ਜੰਮੂ ਕਸ਼ਮੀਰ ਚ ਕੋਵਿਡ ਸ਼ਾਂਭਲ ਉਹਨੇ ਦੀ ਦਰ 93 ਫੀਸਟ ਤੱਕ ਗਰ ਪੁੱਜ ਗਈ ਹੈ ਉहां ਪਿਛਲੇ 24 ਘੰਟੇ ਦਰਾਨਾ ਕਾਸੀ ਨਾ ਮੇ ਮਾਮਲੇ ਦੀ ਪੁਸ਼ਟੀ ਹੋਈ ਹੈ ਜਿੰਦੇ ਸ਼ਾ 20 ਜੰਮੂ ਸ਼ਾ ਤੇ 61 ਕਸ਼ਮੀਰ ਕਾਟੀ ਦੇ ਮਾਮਲੇ ਨਾ ਤੇ ਮੌਜੂਦਾ ਸਮੇਂ ਚ ਇਥੇ ਕੋਵਿਡ ਦੇ ਛੜੇ 891 ਮਾਮਲੇ ਗੇ ਸਕਰੀਏ ਨਾ ਜੰਮੂ ਕਸ਼ਮੀਰ ਚ ਅਜੇ ਤੱਕ ਅਰ 70% ਦੀ ਐਲਥ ਵਰਕ ਕਰੇਗੀ 65% ਦੀ ਅਗੇਤਰੇ ਕਰਮੀਆਂ ਗੀ ਤੇ ਕੁੱਲ 4 ਲੱਖ ਲੋਕਾਂ ਕੀ ਕੋਵਿਡ ਦੇ ਟੀਕੇ ਲਾਈ ਦਿੱਤੇ ਗਏ ਨਾ ਇਸ ਚਾਲੀ 60 ਬਰਸ਼ਾ ਮਤੀ ਉਮਰੀ ਦੇ ਤੇ ਇੱਕ ਸ਼ਾਮਤੀ ਬਿਮਾਰੀਆਂ ਸ਼ਾ ਪੀੜਿਤ 45 ਸ਼ਾ 99 ਬਰੇ ਦੇ ਤਕਰੀਬਨ 15 ਲੱਖ ਲੋਕਾਂ ਕੀ ਕੋਵਿਡ ਦੇ ਟੀਕੇ ਲੱਗ ਚੁਕੇ ਦੇ ਨਾ ਦੇਸ਼ ਚ ਕੋਵਿਡ ਸ਼ਾਬਾਲ ਲੋ ਨਿਦੇਦਰ 95.98% ਤੱਕਰ ਪੂਜੀ ਕੇ ਦੀ ਹੈ ਤੇ ਕਰੀਬ 1 ਕਰੋੜ 90 ਲੱਖ ਲੋਕਾਂ ਕੀ ਕੋਵਿਡ ਦੇ ਟੀਕੇ ਲਾਈ ਦਿੱਤੇ ਗਏ ਨੇ। ਸੁਰੱਖਿਆ ਬਲਾਂ ਕਲਰਿਆਸੀ ਜ਼ਿਲ੍ਹੇ ਦੇ ਮਹੋਰ ਇਲਾਕੇ ਸ਼ਾ ਅਤੰਗਵਾਦੀ ਸੰਗਠਨ ਨੇ ਲਈ ਕੰਮ ਕਰਨ ਵਾਲੇ ਇੱਕ ਵਿਅਕਤੀ ਕੀ ਗ੍ਰਿਫਤਾਰ ਕਰੀਏ। ਉਹਦੇ ਸ਼ਾ ਪਾਰੀ ਮਾਤਰਾ ਚ ਅਸਲਾ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। 21 ਬਰੇ ਦੇ ਰਿਆਜ਼ احمد ਮਹੋਰ ਦੇ ਚਾਸਨਾ ਇਲਾਕੇ ਦਾ ਬਸਨੀਕ ਹੈ। ਉਦੀ ਸ਼ਨਾਖਤਮਕਰ ਆ ਪੁਲਸ ਨੇ ਮਹੋਜ ਆਤੰਕੀਏ ਦੇ ਇੱਕ ਠਿਕਾਣੇ ਕੀ ਨਸ਼ਟ ਕਰੀ ਦਿੱਤਾ ਤੇ ਉਥੂਆਂ 2 ਯੂਵੀ ਜੀਐਲ ਗ੍ਰਨੇਟ 1 ਚੀਨੀ ਗ੍ਰਨੇਟ 2 ਐਚੀ 36 ਗ੍ਰਨੇਟ 3 ਮੋਟਾਰ ਦੇ ਗੋਲੇ 2 ਕਿਲੋ ਗਨ ਪਾਊਡਰ 3 ਏਕੇ ਰੋਂ ਤੇ 20 ਸਪਿੰਨਰ ਰੋਂ ਦਾ ਬ੍ਰਾਹਮਕੀਤਿਆਨਾ ਜੰਮੂ ਕਸ਼ਮੀਰ ਚ ਵੀ ਆਜ਼ਾਦੀ ਦਾ ਅਮਰਤ ਮਹੋਤਸਬ ਦੇ ਮੱਦੇਨਜ਼ਰ ਸਵਤੰਤਰਤਾ ਸਨਾਨੀਏ ਤੇ ਸ਼ਹੀਦ ਸ਼ਹੀਦ ਦੇ ਜੀਆ ਬ੍ਰਿਗੇਡੀਅਰ ਰਜਿੰਦਰ ਸਿੰਘ ਤੇ ਮਕਬੂਲ ਸ਼ਿਰਵਾਨੀਆਂ ਦੇ ਜਨਮ ਆਲੇ ਥਾਰੇ ਉਪਰ on the 12 ਮਾਰਚ ਗੀ ਕਈ ਕਾਰਜਕਰਮੇ ਦਾ ਆਯੋਜਨ ਕੀਤਾ ਜਾਗ ਆਜ਼ਾਦੀ ਦੇ 75 ਬਰੇ ਪੂਰੇ ਉਹਨੇ ਦੀ ਖੁਸ਼ੀ ਚ ਕਈ ਕਾਰਜਕਰਮੇ ਦਾ ਆਯੋਜਨ ਕੀਤਾ ਜਾ ਰਦਾ ਜਿੰਦੇ ਚ ਖਾਦੀ ਐਗਜ਼ੀਬਿਸ਼ਨ ਡਲ ਲੈਕਚਰ ਸ਼ਿਕਾਰਾ ਰੈਲੀਆਂ ਸੈਮੀਨਾਰ ਸਾਈਕਲ ਤੇ ਬਾਈਕ ਰੈਲੀਆਂ ਤੇ ਯੋਗਾ ਕੈਂਪ ਤੇ ਈਜ ਨੇ ਉਹ ਦੂਏ ਕਾਰਜਕਰਮੇ ਦਾ ਆਯੋਜਨ ਕੀਤਾ ਜਾ ਕਰਤਾ ਸਰਕਾਰ ਨੇ ਆਜ਼ਾਦੀ ਦੀ 75ਵੀਂ ਬਰੇਗੰਡ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ 'ਚ ਰਾਸ਼ਟਰੀ ਸਮਿਤੀ ਗਠਨ ਕੀਤੀ ਹੈ ਸਮਿਤੀ 'ਚ 249 ਸਦੱਸ ਨੇ ਇਸ ਸਮਿਤੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਪਰ ਆਜ਼ਾਦੀ ਦੀ 75ਵੀਂ ਬਰੇਗੰਡ ਪਰ ਕਈ ਕਾਰਜਕਰਮਾਂ ਦੀ ਤਿਆਰੀਆਂ ਲਈ ਨੀਤੀਗਤ ਦਿਸ਼ਾ ਨਿਰਦੇਸ਼ ਦੇਗਾ ਅੰਮ੍ਰਿਤ ਮਹੋਤਸਵ ਦੇ ਕਾਰਜਕਰਮ ਇਸ ਸਾਲ 12 ਮਾਰਚ ਸ਼ੁਰੂ ਹੋਣਗੇ 12 مارچ ਕੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨetaਤਵ ਚ ਚਲਾਈ ਗਏ ਦੇ ਇਤਿਹਾਸਿਕ ਨਮਕ ਸਤਿਅਗ੍ਰਾਹ ਦੇ ਕਨਮੇ ਬਰੇ ਪੂਰੇ ਓਰ ਦਿਨ ਅਮਰਤ ਮਹੋਤਸਵ ਦੇ ਸਬੰਧ ਵਿੱਚ ਬਖ ਬਖ ਮੰਤਰਾਲਿਆਂ ਤਰਫਾਂ ਆਯੋਜਿਤ ਕਾਰਜਕ੍ਰਮਾਂ ਦੇ ਬਾਰੇ ਚ ਮਾਰਗਦਰਸ਼ਨ ਲਈ ਰਾਸ਼ਟਰੀ ਸਮਿਤੀ ਪਹਿਲੇ ਕੇ ਗਠਿਤ ਕਰੀ ਲਾਤੀ ਕੇ ਦਿਆ ਜੰਮੂ ਸ਼ਨਗਰ ਜਰਨਲਿਸਟ ਅਜ ਤਮੇ ਪਾਸਿਆਂ ਯਾਤਾਂ ਯਾਤ ਲਈ ਖੋਲੀ ਦਿੱਤੀ ਗਈ ਹੈ ਟ੍ਰੈਫਿਕ ਪੁਲਸ ਮੁਜੋਬ ਸ਼ੜੀ ਲੋਕੀ ਹੈ ਗੱਡੀਆਂ ਕੇ ਇਹ ਦਮੇ ਪਾਸਿਆਂ ਆਉਣੇ ਜਾਣੇ ਦੀ anumati yog ਜਨਾਲੀ ਛੇੜੇ ਕੋਪਰ ਲੋੜ ਚ ਦੇ ਮੁਰੰਮਤ ਦੇ ਕੰਮ ਆ ਦੇ ਚਲਦੇ ਕੱਲ ਇਸੇ ਬੰਦ ਰੱਖਿਆ ਗਿਆ ਦਾ ਹਮਦਾਬਾਦ ਚ ਇੰਗਲੈਂਡ ਤੇ ਭਾਰਤ ਵਿਚਕਾਰ ਖੇਡੇ ਜਾ ਰਹੇ ਚੌਥੇ ਤੇ ਖੀਰੀ ਟੈਸਟ ਮੈਚ ਅਖੀਰੀ ਸੂਚਨਾ ਮਿਲੇ ਤਕਰ ਇੰਗਲੈਂਡ ਨੇ ਇੱਕ ਵਿਕਟ ਗੁਆਈਏ 10 ਰਨ ਬਣਾਏ ਦੇਨਾ ਨਰਿੰਦਰ ਮੋਦੀ ਸਟੇਡੀਅਮ ਚ ਖੇਡੇ ਜਾ ਰਹੇ ਇਸ ਮੈਚ ਭਾਰਤ ਨੇ ਆਪਣੀ ਪਹਿਲੀ ਪਾਰੀ ਚ 365 ਰਨ ਬਣਾਏ ਹੈ ਭਾਰਤ ਬਖੀਆਂ ਖੇਡਦੇ ਹੋਏ ਰਿਸ਼ਭ ਪੰਤ ਨੇ ਸ਼ਾਨਦਾਰ ਸ਼ਤਕ ਬਣਾਇਆ ਹ ਜਦਕੇ ਵਾਸ਼ਿੰਗਟਨ ਸੁੰਦਰ ਹੋਰ ਸ਼ਲਮੇ ਰੰਜ ਬਨਾਈਏ ਨਾਟ ਆਊਟ ਰੇ ਤੋ ਇੰਗਲੈਂਡ ਦੀ ਟੀਮ ਦੇ ਬੈਂਸਟੋਕ ਨੇ ਮੈਚ ਚ 4 ਵਿਕਟਾਂ ਲਾਤੀਆਂ ਨਾ ਇਹ ਦੇ ਕੰਨੇਗੇ ਇਸ ਵਿਲੇ ਦਾ ਐਬਿਲਟੈਂਸ ਮਾਤਵਾ